ਜਿਹੜਾ ਮੈਲੀ ਰੂਹ ਹੈ ਪ੍ਰੇਤ ਹੈ ਉਹ ਟਿਕ ਕੇ ਨਹੀਂ ਬੈਠ ਸਕਦਾ, ਹਵਾ ਨਾਲ ਉੱਡਦਾ ਰਹਿੰਦਾ, ਅੱਗ ਨਾਲ ਸੜਦਾ ਰਹਿੰਦਾ। ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ। ਹੁਣ ਮਾਈਆਂ ਇੱਕ ਸਵਾਲ ਕਰਦੀਆਂ, ਭਾਈ ਸਾਹਿਬ ਨੇ ਇਸ਼ਾਰਾ ਕਰਿਆ ਸੀ ਕਿ ਬੱਚੇ ਟਿਕ ਕੇ ਨਹੀਂ ਬਹਿੰਦੇ ਹੈ, ਤੇ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਬਾਣੀ 'ਚ ਇਹ ਬਚਨ ਕਰ ਦਿੱਤਾ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਕਦਾਰ। ਹੁਣ ਪਵਿੱਤਰ ਰੂਹਾਂ ਕਿੱਥੋਂ ਜਨਮ ਲੈਣਗੀਆਂ? ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਮਾਂ ਨੂੰ ਬੜੀ ਕਮਾਈ ਕਰਨੀ ਪੈਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ, ਮਾਤ ਪਿਤਾ ਮਿਲ ਨਿਮਿਆ ਆਸਾ ਬੰਤੀ ਉਧਰ ਮਝਾਰੇ, ਰਸ ਕਸ ਖਾਏ ਨਲੱਜ ਹੋਏ, ਛੋਹ ਛੋਹ ਪੈਰ ਤਰੇ ਪੱਗ ਧਾਰੇ। ਮਾਂ ਨੂੰ ਕਿੰਨੀ ਕੁ ਘਾਲਣਾ ਘਾਲਣੀ ਪੈਂਦੀ ਹੈ। ਉਸ ਵੇਲੇ ਮਾਈ ਜਨਮ ਦੇਣ ਵਾਲੀ ਮਾਤਾ ਸਿਮਰਨ ਕਰਦੀ, ਬਾਣੀ ਪੜ੍ਹਦੀ, ਧਾਰਮਿਕ ਗ੍ਰੰਥ ਪੜ੍ਹਦੀ ਹੈ, ਸੂਰ ਵੀਰਾਂ ਦੀਆਂ ਚਿੱਤਰ ਦੇਖਦੀ ਹੈ, ਫੋਟੋਆਂ ਸੱਤ ਪੁਰਸ਼ਾਂ ਦੇ, ਤੇ ਉਹਦੀ ਕੁੱਖੋਂ ਫਿਰ ਬੰਦਗੀ ਕਰਨ ਵਾਲਾ ਨਾਮ ਜਪਣ ਵਾਲਾ ਜਨਮ ਲੈਣ। ਇਤਿਹਾਸ ਪੜ੍ਹੋ, ਜਦੋਂ ਸੱਤਵੇਂ ਪਾਤਸ਼ਾਹ ਮਹਾਰ ਦਾ ਜਨਮ ਹੋਣਾ ਸੀ, ਛੇਵੇਂ ਪਾਤਸ਼ਾਹ ਮਹਾਰੇ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਨੇ, ਸਾਡੀ ਨੂੰਹ ਨੂੰ ਕਹੋ ਜਾ ਕੇ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰੇ, ਜਿਹਨੇ ਉਹਦੀ ਕੁੱਖੋਂ ਜਨਮ ਲੈਣਾ ਉਹਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਨਾ ਹੈ। ਇਹ ਤਿਆਰੀ ਮਾਂ ਦੇ ਕੁੱਖ ਤੋਂ ਹੁੰਦੀ ਹੈ, ਇਹ ਕਸੂਰ ਬੱਚਿਆਂ ਦਾ ਨਹੀਂ ਹੈ। ਮਾਂ ਕਹਿੰਦੀ ਹੈ ਬੱਚੇ ਨੇ ਜਨਮ ਲੈਣਾ, ਮੇਰਾ ਮੰਜਾ ਟੀਵੀ ਦੇ ਅੱਗੇ ਡਾਹ ਦੇ, ਮੇਰਾ ਜੀ ਲੱਗਿਆ ਰਹੇਗਾ। ਤੇ ਕੀ ਦੇਖਦੀ ਮਾਂ ਫਿਰ ਉੱਥੇ? ਬੱਚੇ ਥੋੜਾ ਟੱਪਦੇ ਨੇ, ਉਹਨਾਂ ਤੋਂ ਸੰਸਕਾਰੀ ਨੱਚਣ ਵਾਲੇ ਮਿਲੇ ਹੋਏ ਨੇ, ਟੱਪਣ ਵਾਲੇ ਮਿਲੇ ਹੋਏ ਨੇ, ਟੋਪੀਆਂ ਵਾਲੇ ਮਿਲੇ ਹੋਏ ਨੇ, ਮੁਰਗੀਆਂ ਵਾਲੇ ਮਿਲੇ ਹੋਏ ਨੇ। ਇਹ ਮਾਂ ਦੀ ਕੁੱਖ ਤੋਂ ਜਨਮ ਜੀਵਨ ਸ਼ੁਰੂ ਹੋ ਜਾਂਦਾ ਸਾਸ ਨੂੰ। ਉਹ ਜਿਵੇਂ ਨੀਂਹ ਪੱਕੀ ਹੋ ਜਾਏ ਤੇ ਮਕਾਨ ਉੱਤੇ ਫਿਰ ਖੜਾ ਰਹਿੰਦਾ ਹੈ। ਮਾਂ ਨੂੰ ਬੜੀ ਤਿਆਰੀ ਕਰਨੀ ਪੈਂਦੀ ਹੈ। ਉਹਨਾਂ ਮਾਵਾਂ ਨੂੰ ਬਾਣੀ ਧੰਨ ਜਨੇਂਦੀ ਮਾਓ ਆਏ ਸਫਲ। ਮਾਂ ਦੀ ਬੜੀ ਵੱਡੀ ਡਿਊਟੀ ਹੈ ਜੀਵਨ ਦੇ ਵਿੱਚ। ਅੱਜ ਮਾਵਾਂ ਨੇ ਆਪਣਾ ਮਾਂ ਵਾਲਾ ਰੋਲ ਛੱਡ ਦਿੱਤਾ ਹੈ। ਇਹ ਨਹੀਂ ਕਿ ਸਿੱਖ ਪਤਿਤ ਹੋ ਰਹੇ ਨੇ, ਬੱਚੇ ਨੂੰ ਜਨਮ ਦੇਣ ਵਾਲੀ ਮਾਂ ਵੀ ਖੁਦ ਪਤਿਤ ਹੋ ਰਹੀ ਹੈ। ਹੁਣ ਉਹ ਕਿਵੇਂ ਕਹੇਗੀ ਤੇਰਾ ਸਿਰ ਲੈ ਜਾਏ ਪਰ ਕੇਸ ਨਾ ਕਟਾਈ, ਤੂੰ ਆਪ ਹੀ ਬਣਵਾਈ ਫਿਰਦੀ ਹੈ ਤਾਂ। ਇਹ ਪਹਿਲੇ ਦੁਆਨਾਂ 'ਚ ਵਿਚਾਰਾਂ ਭਾਵੇਂ ਆਪਾਂ ਕੀਤੀਆਂ, ਅੱਜ ਮਾਂ ਦਾ ਫਰਜ਼ ਬਣਦਾ, ਮਾਂ ਦੀ ਡਿਊਟੀ ਹੈ। ਸੋ ਸਾਧ ਸਿੰਘ ਜੀ, ਚੌਥਾ ਇਹ ਜਿਹੜਾ ਮਨ ਹੈ ਇਹਦਾ ਕੋਈ ਵਿਸ਼ਵਾਸ ਨਹੀਂ ਹੈ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਾਂ ਉਦ ਮਾਦਾ,
ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਸੰਕਲਪ ਵਿਕਲਪ ਫੁਰਨੇ ਕਰਦੇ ਹੀ ਰਹਿੰਦਾ। ਇੱਕ ਰਾਜੇ ਦੇ ਦਰਬਾਰ ਵਿੱਚ ਵਿਚਾਰ ਚੱਲ ਰਹੀ ਕਿ ਬੱਕਰੀ ਰੱਜੀ ਨਹੀਂ ਵੇਖੀ ਕਿਸੇ ਨੇ, ਮੂੰਹ ਮਾਰਦੀ ਰਹਿੰਦੀ। ਇੱਕ ਵਜ਼ੀਰ ਕਹਿੰਦਾ ਜੀ ਮੈਨੂੰ ਦੇ ਦਿਓ, ਮੈਂ ਤੁਹਾਨੂੰ ਰਜਾ ਕੇ ਵਿਖਾ ਦਿੰਦਾ। ਘਰ ਲੈ ਗਿਆ ਉਹਨੂੰ, ਪੱਠੇ ਪਾ ਕੇ ਖਵਾ ਕੇ ਰਜਾ ਲਿਆ ਕਰੇ, ਫਿਰ ਘਾ ਕਰਿਆ ਕਰੇ, ਫਿਰ ਖਾਣ ਵਾਸਤੇ ਆਇਆ ਕਰੇ, ਮੂੰਹ 'ਤੇ ਡੰਡਾ ਮਾਰਿਆ ਕਰੇ। ਜਦੋਂ ਚਾਰ ਪੰਜ ਦਿਨ ਡੰਡੇ ਪਏ, ਵਜ਼ੀਰ ਘਾ ਕਰੇ ਉਹਦੇ ਵੱਲ, ਉੱਪਰ ਨੂੰ ਮੂੰਹ ਕਰ ਲੈ ਵੀ ਫਿਰ ਪਏਗਾ ਮੂੰਹ। ਕੂਟਣ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮ ਤੇ ਛੂਟੈ, ਕੁੱਟ ਕੁੱਟ ਮਨ ਕਸਵੱਟੀ ਲਾਵੈ, ਸੋ ਕੂਟਣ ਮੁਗਤ ਬਹੁ ਪਾਵੈ। ਇਹ ਸੰਕਲਪ ਕਰੇਗਾ ਮਨ ਵਿਚਾਰ ਰੂਪੀ ਡੰਡੇ ਨਾਲ ਫਿਰ ਰੋਕਣ। ਇਹਨੂੰ ਅਭਿਆਸ ਕਹਿੰਦੇ ਨੇ। ਸ਼ਬਦ ਬਾਣੀ ਨੂੰ ਛੱਡ ਕੇ ਮਨ ਨੇ ਬਾਹਰ ਜਾਣਾ, ਰੋਕ ਕੇ ਫਿਰ ਬਾਣੀ ਨਾਲ ਲਾਉਣਾ, ਫਿਰ ਬਾਹਰ ਜਾਣਾ, ਫਿਰ ਰੁੱਖ ਲਾਉਣਾ। ਰਹਿਤ ਰਹਿਤ ਰਹਿ ਜਾਏ ਬਿਕਾਰਾ, ਗੁਰਪੂਰੇ ਕੇ ਸ਼ਬਦ ਉਪਾਰਾ। ਤੇ ਦੂਜੇ ਗੁਰਮੁਖ ਮਹਾਂਪੁਰਸ਼ ਕਹਿੰਦੇ ਨੇ ਜੇ ਸੰਕਲਪ ਕਰਦਾ ਮਨ, ਫੁਰਨਾ ਕਰਦਾ ਬਾਣੀ ਪੜ੍ਹਨ ਵੇਲੇ, ਤੁਸੀਂ ਆਪਣਾ ਨਿਯਮ ਨਾ ਛੱਡੋ, ਬਾਣੀ ਪੜ੍ਹਨੀ ਨਾ ਛੱਡੋ। ਇਹ ਫੁਰਨੇ ਕਰਦਾ ਨਹੀਂ ਹੈ ਮਨ, ਮਨ ਚੋਂ ਫੁਰਨੇ ਪਏ ਨਿਕਲਦੇ ਨੇ ਬਾਹਰ। ਇਹ ਬਾਣੀ ਪੜ੍ਹਨ ਵੇਲੇ ਫੁਰਨੇ ਕਿਉਂ ਕਰਦਾ? ਕਦੀ ਕਿਸੇ ਨੇ ਆਖਿਆ ਨਿੰਦਿਆ ਕਰਨ ਵੇਲੇ ਮੇਰਾ ਮਨ ਬੜੇ ਫੁਰਨੇ ਕਰਦਾ, ਚੁਗਲੀਆਂ ਜਦ ਮੈਂ ਕਰਨਾ ਉਦੋਂ ਮੇਰਾ ਮਨ ਹੀ ਨਹੀਂ ਲੱਗਦਾ, ਸਾਰਾ ਦਿਨ ਗੱਪਾਂ ਮਾਰੀ ਜੇ ਕੋਈ ਨਹੀਂ ਕਹਿੰਦਾ। ਉਦੋਂ ਕਹਿੰਦੇ ਨੇ ਜਦੋਂ ਸਿਮਰਨ ਕਰਦੇ ਨੇ ਮਨ ਲੱਗਦਾ ਨਹੀਂ ਹੈ। ਸਿਮਰਨ ਕਰਨ ਵੇਲੇ ਆਪਾਂ ਸੁਰਤ ਕਹਿ ਲਓ, ਮਨ ਕਹਿ ਲਓ, ਚਿੱਤ ਕਹੋ, ਬਿਰਤੀ ਕਹੋ, ਅੰਦਰ ਲੈ ਕੇ ਜਾਂਦੇ ਹਾਂ। ਅੰਦਰ ਪਏ ਖਿਆਲ ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਖੰਡੜੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਨ ਪਾਹੋ। ਮੈਲ ਹੋਵੇ ਤਾਂ ਸਾਬਣ ਨਾਲ ਨਿਕਲ ਜਾਂਦੀ ਆ, ਅਤੇ ਕੋਹਲੂ ਦੀ ਲੀਰ ਖੰਡੜੀ ਇੱਕ ਮੈਲੀ ਦੂਜੀ ਥੰਧਿਆਈ, ਸਾਬਣ ਲਓ ਵਿੱਚ ਹੀ ਜੰਮ ਜਾਂਦੀ। ਨਾਸਤਕ ਭਾਵਨਾ ਦੀ ਥੰਧਿਆਈ ਅਤੇ ਪਾਪਾਂ ਦੀ ਮੈਲ ਜਦੋਂ ਮਨ 'ਚ ਪੈ ਜਾਏ, ਬਸ ਫਿਰ ਉਹ ਹਰ ਗੱਲ 'ਤੇ ਕਹਿੰਦਾ ਕਿਉਂ ਹੁੰਦਾ, ਕਿਵੇਂ ਹੁੰਦਾ, ਕਿਸ ਤਰ੍ਹਾਂ ਹੁੰਦਾ। ਆ ਜਿਹੜੇ ਸਰੋਵਰਾਂ 'ਤੇ, ਗੁਰੂ ਕੇ ਸਥਾਨਾਂ 'ਤੇ, ਗੁਰੂ ਕੇ ਗੁਰਮੁਖ ਪਿਆਰੇ ਸੱਤ ਪੁਰਸ਼ਾਂ 'ਤੇ, ਗੁਰੂ ਕੇ ਇਤਿਹਾਸ 'ਤੇ ਕਿੰਤੂ ਪਰੰਤੂ ਕਰਦੇ ਨੇ, ਇਹ ਖੰਨਲੀ ਵਰਗੀ ਬੁੱਧ ਇਹਨਾਂ ਦੀ। ਇਹ ਆਪ ਤਾਂ ਨਾਸਤਕ ਨੇ, ਦੂਜਿਆਂ ਨੂੰ ਨਾਸਤਕ ਬਣਾਉਂਦੇ ਆ। ਪਰ ਸਾਧ ਸਿੰਘ ਜੀ ਇਹਨਾਂ ਵਰਗੇ ਤਾਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਹੋ ਕੇ ਗਏ ਆ, ਇਹ ਨਾਲ ਹੀ ਚੱਲੇ ਆਏ ਨੇ, ਕਿਤੇ ਇੱਕੋ ਹੈ ਅੱਜ ਤੱਕ। ਜਿੱਥੇ ਅਸਲ ਹੋਵੇਗੀ ਉੱਥੇ ਨਕਲ ਚੱਲਦੀ ਹੈ ਨਾਲ, ਪਰ ਅਸਲ ਦੇ ਆਸਰੇ ਨਾਲ ਨਕਲ ਚੱਲੇਗੀ। ਜਿਹੜੇ ਗੁਰਮੁਖ ਮਾਈ ਭਾਈ ਬਾਣੀ ਪੜ੍ਹਦੇ ਨੇ, ਸਿਮਰਨ ਕਰਨ ਦਾ ਸ਼ੌਂਕ ਰੱਖਦੇ ਨੇ, ਅਕਸਰ ਇਹ ਸਵਾਲ ਕਰਦੇ ਨੇ, ਮਨ ਫੁਰਨੇ ਕਰਦਾ, ਸੰਕਲਪ ਕਰਦਾ, ਖਿਆਲ ਪੈਦਾ ਹੁੰਦੇ ਰਹਿੰਦੇ। ਅਤੇ ਜਿਹੜੇ ਬੰਦਗੀ ਕਰਨ ਵਾਲੇ ਗੁਰਮੁਖ ਮਹਾਂਪੁਰਸ਼ ਕਹਿੰਦੇ ਨੇ ਫੁਰਨੇ ਕਰਦਾ ਨਹੀਂ ਮਨ, ਇਹਦੇ ਮਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਟਾਕ ਹੋਏ, ਮਨ ਬਾਹਰ ਫੁਰਨੇ ਬਾਹਰ ਨਿਕਲਦੇ ਹੋਏ।
ਨਿਤਨੇਮ ਕਰੀ ਜਾਓ, ਬਾਣੀ ਪੜ੍ਹੀ ਜਾਓ, ਨਾਮ ਜਪਦੇ ਜਾਓ। ਇੱਕ ਦਿਨ ਉਹ ਵੀ ਆਏਗਾ ਜਦੋਂ ਇਹ ਮਨ ਸ਼ਬਦ ਰੂਪ ਹੋ ਜਾਏਗਾ। ਅਤੇ ਦੂਜੀ ਬੇਨਤੀ ਹੈ ਵੀ ਚਲੋ ਮਨ ਲੱਗਦਾ ਜਾਂ ਨਹੀਂ ਲੱਗਦਾ, ਜਿਹੜਾ ਬੱਚਾ ਸਕੂਲ ਜਾਂਦਾ ਹੈ ਉਹਦੀ ਸਕੂਲ 'ਚ ਹਾਜ਼ਰੀ ਲੱਗਦੀ ਹੈ, ਅਤੇ ਜੇ ਨਹੀਂ ਵੀ ਪੜ੍ਹਿਆ ਉਹਦੀ ਹਾਜ਼ਰੀ ਤਾਂ ਲੱਗਦੀ ਹੈ ਨਾ। ਜੇ ਹਾਜ਼ਰੀਆਂ ਪੂਰੀਆਂ ਨਹੀਂ, ਜਿੰਨਾ ਮਰਜ਼ੀ ਚੰਗਾ ਪੜ੍ਹੀ ਜਾਓ ਪੇਪਰਾਂ 'ਚ ਨਹੀਂ ਬੈਠ ਸਕਦਾ। ਜਿਹੜੇ ਰੋਜ਼ ਗੁਰਮੁਖ ਉਹਦੀ ਯਾਦ ਵਿੱਚ ਬੈਠਦੇ ਨੇ, ਨਿਤਨੇਮ ਕਰਦੇ ਨੇ, ਰੋਜ਼ ਸਿਮਰਨ ਕਰਦੇ ਨੇ, ਉਹਨਾਂ ਦੀ ਹਾਜ਼ਰੀ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਰੋਜ਼ ਲੱਗਦੀ ਹੈ। ਅਤੇ ਜਿਹੜੇ ਲੱਗੇ ਰਹਿਣਗੇ ਸ਼ੌਂਕ ਨਾਲ, ਉਹਨਾਂ ਉੱਤੇ ਕਿਰਪਾ ਹੋ ਹੀ ਜਾਣੀ ਹੈ। ਅਸਲ ਵਿੱਚ ਜਪਦਾ ਹੀ ਉਹ ਹੈ ਜਿਹਦੇ ਉੱਤੇ ਕਿਰਪਾ ਹੈ। ਜਦੋਂ ਮਨ ਵਿੱਚ ਇਹ ਫੁਰਨਾ ਬਣੇ ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ, ਜਦੋਂ ਮੂੰਹ 'ਚ ਵਾਹਿਗੁਰੂ ਨਿਕਲੇ ਤਾਂ ਸਮਝ ਲੈਣਾ ਮੇਰੇ 'ਤੇ ਕਿਰਪਾ ਹੋਈ ਹੈ ਅਕਾਲ ਪੁਰਖ ਦੀ। ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਦੂਜਾ ਤਾਂ ਕਰ ਹੀ ਨਹੀਂ ਸਕਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾ। ਦੂਜੇ ਦੀ ਕੀ ਮਜਾਲ ਹੈ, ਪਤਾ ਤਾਂ ਸਾਰਿਆਂ ਨੂੰ ਹੀ ਹੋਣਾ। ਮੀਡੀਆ ਦਾ ਯੁੱਗ ਹੈ, ਭਾਵੇਂ ਪੋਸਟਰ ਨਹੀਂ ਛਪਾਏ, ਲੌਸਮਿਟ ਨਹੀਂ ਕੀਤੀ, ਪਰ ਜਿਨ੍ਹਾਂ 'ਤੇ ਕਿਰਪਾ ਸੀ ਉਹ ਦੂਰੋਂ ਆ ਕੇ ਲਾਹਾ ਲੈ ਗਏ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜੋਕ ਥਣ ਦੇ ਨਾਲ ਲੱਗੀ ਹੁੰਦੀ ਹੈ, ਪਰ ਲਹੂ ਪੀਂਦੀ ਰਹਿੰਦੀ ਹੈ, ਉਹ ਦੁੱਧ ਨਹੀਂ ਪੀਂਦੀ ਹੈ, ਦੁੱਧ ਨਹੀਂ ਪੀਏਗੀ ਕਦੇ। ਇਸ ਤਰ੍ਹਾਂ ਮਾਨਸਰ ਪਰ ਜੋ ਬਿਠਾਈਆ ਲੈ ਜਾਏ ਬੱਗ, ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। ਅਸਥਨ ਪਾਨ ਕਰਬੇ ਕੋ ਜੋ ਲਗਾਈਏ ਜੋਕ, ਪੀਅਤ ਨ ਪੈ ਲੈ ਲਹੂ ਅਚੇ ਅਘਾਤ ਹੈ। ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚਲ ਜਾਤ। ਜਿਹੜੇ ਨਿੰਦਕ ਲੋਕ ਨੇ ਉਹਨਾਂ ਨੂੰ ਗੁਰੂ ਕੀ ਬਾਣੀ, ਗੁਰੂ ਕਾ ਜਸ, ਗੁਰੂ ਕੀ ਵਿਚਾਰ ਚੰਗੀ ਨਹੀਂ ਲੱਗਦੀ ਹੈ। ਤੈਸੇ ਗਜਨ ਮਜਨ ਕੈ ਡਾਰਤ ਹੈ ਛਾਰ ਸਿਰ, ਸੰਤਨ ਕੇ ਦੁਖੀ ਸਤ ਸੰਗ ਨਾ ਬਿਹਾਤ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਕਰਮਾਂ ਦੀ ਗੱਲ ਥੋੜ੍ਹਾ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਸਤ ਸੰਗ ਪਾਪੀਆਂ ਨੂੰ ਨਾ ਪਾਵੇ, ਹਰੀ ਦੀ ਕਥਾ ਚੰਗੀ ਨਾ ਲੱਗੇ। ਸਤ ਸੰਗ ਪਾਪੀਆਂ ਨੂੰ ਨਾ, ਹਰੀ ਦੀ ਕਥਾ ਚੰਗੀ ਨਾ ਲੱਗੇ।
ਕਥਾ ਸਤ ਸੰਗ ਪਾਪੀਆਂ ਨੂੰ ਨਾ ਪਾਵੇ ਹਰੀ ਦੀ ਕਥਾ ਚੰਗੀ ਨਾ ਲਗੇ ਹਰੀ ਦੀ ਕਥਾ ਪਾਪੀ ਭਗਤ ਨਾ ਪਾਵੇ ਯਾਰ ਪੂਜਾ ਨਾ ਸੁਹਾ ਮਾਖੀ ਚੰਦਨ ਪਰ ਹਰ ਜੈ ਬਿਗੰਧ ਤੈ ਜਾਏ ਵੱਡੇ ਭਾਗਾਂ ਵਾਲੇ ਦੂਰੋਂ ਆ ਕੇ ਲਾਹਾ ਲੈ ਜਾਂਦੇ ਨੇ ਭਾਗਹੀਨ ਨੇੜੇ ਬੈਠੇ ਖਾਲੀ ਰਹਿ ਜਾਂਦੇ ਇਸ ਕਰਕੇ ਪਰਮਾਤਮਾ ਦਾ ਸਿਮਰਨ ਕਰਨਾ ਹੈ ਬਾਣੀ ਪੜ੍ਹਨੀ ਹੈ ਸਿਫਤ ਸਲਾਹ ਕਰਨੀ ਹੈ ਤਾਂ ਮਨ ਦੀ ਇਕਾਗਰਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਤੇ ਪ੍ਰਗਟ ਹੋਏ ਜਗਤ ਜਲੰਦੇ ਦਾ ਭਲਾ ਕਰਨ ਵਾਸਤੇ ਬਚਪਨ ਸੱਚੇ ਪਾਤਸ਼ਾਹ ਨੇ ਰਾਏ ਭੋਏ ਦੀ ਤਲਵੰਡੀ ਜਿਹਦਾ ਨਾਂ ਰਾਏ ਬਲਾਰ ਨੇ ਨਾਨਕਿਆਣਾ ਨਨਕਾਣਾ ਸਾਹਿਬ ਰੱਖਿਆ ਜਿੰਨਾ ਚਿਰ ਨਹੀਂ ਸੀ ਸਮਝ ਉਨਾ ਚਿਰ ਰਾਏ ਭੋਏ ਦੀ ਤਲਵੰਡੀ ਰਹੀ ਜਦ ਆਪਣੇ ਸਰੂਪ ਦਾ ਗਿਆਨ ਕਰਾ ਤਾ ਦੁਨੀਆਂ ਦੇ ਲੋਕੋ ਇਹ ਤਲਵੰਡੀ ਰਾਏ ਭੋਏ ਦੀ ਨਹੀਂ ਇਹਦਾ ਮਾਲਕ ਨਾਨਕਿਆਣਾ ਮਾਲਕ ਤਾਂ ਇਹਦਾ ਉਹ ਆਪ ਹੀ ਹੈ ਆਪਾਂ ਤਾਂ ਧੱਕੇ ਨਾਲ ਕਬਜ਼ਾ ਜਿਹਾ ਕਰਿਆ ਹੋਇਆ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿੰਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੀ ਬੜੀ ਦੁਨੀਆ ਦੀ ਮਾਲਕ ਬਣ ਬਣ ਕੇ ਤੁਰ ਗਈ ਅਜੇ ਬੜਿਆਂ ਨੇ ਅਜੇ ਮਗਰ ਬਣਨਾ ਹੈ ਅਗਲੇ ਮੂਹੇ ਸੇ ਪਾਛੇ ਪਰੇ ਜੋ ਉਭਰੇ ਸੇ ਬੰਦ ਲੱਕ ਖਰੇ ਇੱਕ ਬਣ ਕੇ ਮਾਲਕ ਛੱਡ ਕੇ ਤੁਰ ਗਏ ਨੇ ਮਾਲਕ ਹੀ ਕਮਰ ਕੱਸੇ ਕਰੀ ਫਿਰਦੇ ਨੇ ਵੀ ਧਰੇ ਜਿਹੜਾ ਮੇਰੀ ਵੱਟ ਤੇ ਪੈਰ ਧਰਦਾ ਹਉ ਬੰਦੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਘਾਲੈ ਪੈਰ ਪਤਾ ਨਹੀਂ ਕਿੰਨੇ ਕੁ ਮਾਲਕ ਬਣੇ ਸਾਧ ਸਿੰਘ ਜੀ ਉਹਨੇ ਨਾਂ ਰੱਖ ਦਿੱਤਾ ਨਨਕਾਣ ਨਾਨਕਿਆਣਾ ਨਨਕਾਣਾ ਸਾਹਿਬ ਹੋ ਗਿਆ ਬਾਅਦ ਵਿੱਚ ਸਮਝ ਆ ਗਈ ਮਾਲਕ ਉਹ ਆਪ ਹੀ ਹੈ ਭੈਣ ਨਾਨਕੀ ਬੇਨਤੀ ਕਰਕੇ ਸੁਲਤਾਨਪੁਰ ਜੈ ਰਾਮ ਜੀ ਨੂੰ ਵਿਆਹੀ ਹੋਈ ਸੀ ਉਹ ਦੌਲਤ ਖਾਂ ਦਾ ਅਹਿਲਕਾਰ ਸੀ ਮੋਦੀ ਖਾਨੇ ਦੀ ਕਿਰਤ ਲਾ ਦਿੱਤੀ ਟਾਈਮ ਸੀਮਤ ਹੈ ਆਪਾਂ ਸੰਖੇਪ ਵਿਚਾਰ ਕਰੀਏ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਤੇਰਾ ਤੇਰਾ ਸਭ ਕੁਛ ਤੇਰਾ ਜਿੱਥੇ ਗੁਰੂ ਨਾਨਕ ਦਾ ਨਾਂ ਲੈ ਕੇ ਲੰਗਰ ਲਾ ਦੀਏ ਮੁੱਕਦੇ ਨਹੀਂ ਕਹਿੰਦੇ ਜੀ ਮਾੜਾ ਸਮਾਂ ਆ ਗਿਆ ਲੋਕਾਂ ਦੇ ਹਾਲਾਤ ਵਿਗੜ ਗਏ ਕੰਮ ਬੰਦ ਹੋ ਗਏ ਭੁੱਖੇ ਮਰਨ ਲੱਗੇ ਫਿਰ ਗੁਰੂ ਨਾਨਕ ਦੇ ਲੰਗਰਾਂ ਵਾਸਤੇ ਕਿੱਥੋਂ ਸਪੈਸ਼ਲ ਸਸਤ ਲੱਗੀ ਸੀ ਕਿਤੇ ਕਿੱਥੋਂ ਆਏ ਲੰਗਰ ਫਿਰ ਜਿੱਥੇ ਵੀ ਗੁਰੂ ਨਾਨਕ ਦਾ ਨਾਂ ਲੈ ਕੇ ਕਿਸੇ ਨੇ ਲਾ ਤਾ ਲੰਗਰ
ਉਹਦੇ ਅੰਦਰ ਮਕਸਦ ਹੋਵੇ ਗੁਰੂ ਦਾ। ਵਪਾਰ ਵੀ ਚੱਲਦਾ ਨਾ ਅੱਜ ਕੱਲ੍ਹ, ਲਾਉਣਾ ਥੋੜ੍ਹਾ ਲਿਖਣਾ ਜ਼ਿਆਦਾ, ਕਾਪੀਆਂ 'ਤੇ ਲਿਖਣ ਵਾਲੇ ਲੰਗਰ ਨਹੀਂ ਕਦੇ ਚਲਾ ਸਕਦੇ ਸਾਧ ਸਿੰਘ। ਇਹ ਤਾਂ ਜਿਵੇਂ ਗੁਰੂ ਨਾਨਕ ਦੇਵ ਨੇ ਵਰਤਾਇਆ, ਜਿੰਨਾ ਆ ਜਾਵੇ ਵਰਤਾ ਕੇ ਧੋ ਕੇ ਭਾਂਡੇ ਮਾਂਝ ਕੇ ਮੂਧੇ, ਗੁਰੂ ਅਮਰਦਾਸ ਮਹਾਰਾਜ ਹਲਦੀ ਦੀ ਗੰਢੀ ਵੀ ਨਹੀਂ ਰੱਖਣੀ, ਸਵੇਰੇ ਫਿਰ ਰਸਤਾ ਆਉਣਗੇ, ਲੰਗਰ ਫਿਰ ਚੱਲਣ, ਉਹਨਾਂ ਦੇ ਚੱਲਦੇ ਚੱਲਦੇ ਨਾ ਵਪਾਰ। ਸਮਾਗਮ ਕਰਾਉਣਾ, ਕਿੰਨੇ ਬਚਣਗੇ, ਪ੍ਰਾਪਤ ਕੀ ਹੋਵੇਗਾ, ਲੱਗਣਗੇ। ਪ੍ਰਚਾਰ ਨਹੀਂ ਹੋ ਰਿਹਾ, ਵਪਾਰ ਹੋ ਰਿਹਾ। ਤੁਸੀਂ ਪ੍ਰਚਾਰ ਕਰੋ, ਆਪੇ ਗੁਰੂ ਤੇ ਛੱਡ ਦਿਓ ਮਹਾਰਾਜ, ਘਾਟੇ ਨਹੀਂ ਆਉਣ ਦਿੰਦਾ ਕਦੇ। ਪਹਿਲੇ ਬੇਨਤੀ ਕਰਤੀ, ਦੋ ਪੱਖੀ ਚੱਲ ਰਹੇ ਨੇ। ਕੀਰਤਨੀਆਂ ਪ੍ਰਚਾਰ ਕੋ ਲਿਆਉਣਾ, ਜਿਹੜਾ ਪੈਸੇ ਘੱਟ ਲਵੇ ਤੇ ਫਾਇਦਾ ਥੋੜਾ ਵੱਧ ਹੋ ਜਾਏ। ਪਹਿਲਾਂ ਹੀ ਤੁਹਾਡੇ ਅੰਦਰ ਘਾਟੇ ਵਾਲੀ ਗੱਲ ਆਈ, ਤੇ ਚੜ੍ਹਦੀ ਕਲਾ ਕਿੱਥੇ ਭਾਲਦੇ ਫਿਰਦੇ? ਗਰੰਟੀ ਉਹ ਰੱਖਣਾ ਜਿਹੜਾ ਪੈਸੇ ਥੋੜੇ ਲਵੇ ਤੇ ਚਾਹ ਵੀ ਪਿਆਵੇ। ਪਹਿਲੇ ਦੁਆਨ ਚ ਬੇਨਤੀ ਕੀਤੀ ਸੀ ਨਾ, ਚਾਹ ਪਿਆਉਣ ਵਾਸਤੇ ਰੱਖਿਆ ਨਾ, ਭਾਂਡੇ ਵੀ ਮਾਂਜੇ ਸਾਡੇ, ਪੈਸੇ ਨਾ ਮੰਗੇ। ਪਰ ਕਿਉਂਕਿ ਸਾਡੇ ਕੋਲ ਤਾਂ 20 ਕਿੱਲੇ ਜ਼ਮੀਨ ਹੈ ਤੇ ਸਾਡਾ ਪੂਰਾ ਨਹੀਂ ਹੁੰਦਾ, ਤੇ ਗਰੰਟੀ ਤਾਂ 3500 ਨਾਲ ਪੂਰਾ ਹੋਣਾ ਚਾਹੀਦਾ ਨਾ। ਉਹਦੇ ਬਾਲ ਬੱਚੇ, ਵਿਆਹ ਸ਼ਾਦੀਆਂ, ਖੁਸ਼ੀ ਗਮੀ ਉਹ 'ਤੇ ਵੀ ਹੁੰਦੀ। ਅਤੇ ਤੁਹਾਡਾ ਕਾਕਾ ਕਿਤੇ ਚਪੜਾਸੀ ਲੱਗ ਜਾਏ, ਰੁਪਈਆ 10,000 ਹੀ ਦਿੰਦੇ ਨੇ ਸਾਰਾ, ਕੱਖ ਨਹੀਂ ਪੈਂਦਾ ਪਿਆ ਪੱਲੇ। ਜਿਹੜੀ ਕੌਮ ਦੇ ਵਿੱਚ ਪ੍ਰਚਾਰਕਾਂ ਦਾ ਸਤਿਕਾਰ ਨਹੀਂ ਹੈ, ਕੀਰਤਨੀਆਂ ਦਾ, ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ ਨਹੀਂ, ਜਿੰਨੇ ਮਰਜ਼ੀ ਜਗਾਰੇ ਛੱਡੀ ਜਾਂ ਰਾਜ ਕਰੇਗਾ ਖਾਲਸਾ, ਪੜ੍ਹੋ ਕਿੰਨਾ ਕੁ ਸਤਿਕਾਰ ਹੋਣਾ ਚਾਹੀਦਾ। ਸਾਡੇ 'ਚ ਘਾਟ ਆ ਗਈ। ਤੁਸੀਂ ਨੱਚਣ ਵਾਲਿਆਂ ਤੋਂ ਥਈਆਂ ਸਿੱਟਦੇ ਹੋ, ਠੁਮਕੇ ਮਾਰਨ ਵਾਲਿਆਂ ਤੋਂ, ਬਾਣੀ ਪੜ੍ਹਨ ਵਾਲਿਆਂ ਵਾਸਤੇ ਤਾਂ ਤੁਹਾਨੂੰ ਵੱਟ ਪੈਣ ਲੱਗ ਪੈਂਦਾ। ਸੋ ਸਾਧ ਸਿੰਘ ਜੀ, ਜਦੋਂ ਸਾਡੇ ਅੰਦਰ ਕੌਮ ਪ੍ਰਤੀ, ਪੰਥ ਪ੍ਰਤੀ, ਕਿਸੇ ਚਰਚ ਦਾ ਪਾਦਰੀ ਹੋਵੇ, ਜਿੰਨੇ ਕਿਸੇ ਮੰਤਰੀ ਨੂੰ ਸਹੂਲਤਾਂ ਨੇ ਉਨੀਆਂ ਉਸ ਪਾਦਰੀ ਨੂੰ ਨੇ, ਇਹਦਾ ਫੁਰਨਾ ਹੀ ਨਾ ਬਣੇ, ਮੇਰੇ ਬੱਚਿਆਂ ਦਾ ਕੀ ਬਣੇਗਾ, ਮੇਰਾ ਕੀ ਹੋਏਗਾ? ਅਤੇ ਉਹ ਆਪੇ ਪ੍ਰਚਾਰ ਕਰੇਗਾ ਫਿਰ, ਅਤੇ ਗਰੰਟੀ ਨੂੰ ਤਾਂ ਫਿਕਰ ਪਿਆ ਮੇਰੇ ਬੱਚਿਆਂ ਦੀ ਫੀਸ ਭਰਨੀ ਕਿੰਨੇ ਆ, ਅਤੇ ਫਿਰ ਉਹ ਸੇਵਾ ਵੀ ਤਾਂ ਇੰਨੀ ਕੋਈ ਕਰੇਗਾ। ਇਸ ਕਰਕੇ ਇੱਧਰ ਵੀ ਆਪਾਂ ਨੂੰ ਧਿਆਨ ਦੇਣਾ ਪਏਗਾ। ਤੇਰਾਂ ਤੇਰਾਂ ਮਹਾਰਾਜ ਤੋਲਦੇ ਰਹੇ, ਰੌਲਾ ਪੈ ਗਿਆ, ਮੋਦੀ ਖਾਨਾ ਲੁਟਾਇਆ ਜਾ ਰਿਹਾ। ਬੜੀ ਵਾਰੀ ਹਿਸਾਬ ਕਿਤਾਬ ਹੋਏ, ਜਿੱਥੇ ਕਰਤਾ ਪੁਰਖ ਆਪ ਬੈਠਾ ਉੱਥੇ ਘਾਟੇ ਨਹੀਂ ਕਦੇ ਪਏ। ਸੋ ਸਾਧ ਸਿੰਘ ਜੀ, ਵੇਈ 'ਚ ਚੁੱਭਾ ਮਾਰਿਆ, ਬਾਬਾ ਪੈਦਾ ਸੱਚ ਖੰਡ, ਨੌ ਨਿਤ ਨਾਮ ਗਰੀਬੀ ਪਾਈ। ਅਕਾਲ ਪੁਰਖ ਦੇ ਦੇਸ਼ ਚਲੇ ਗਏ, ਮੂਲ ਮੰਤਰ ਦੀ ਬਖਸ਼ਿਸ਼ ਹੋਈ। ਤੀਜੇ ਦਿਨ ਬੇਰ ਸਾਹਿਬ ਤੋਂ ਚੁੱਭਾ ਮਾਰਿਆ ਤੇ ਸੰਤ ਸਰ ਤੀਜੇ ਦਿਨ ਉੱਥੋਂ ਪ੍ਰਗਟ ਹੋਏ। ਗੁਰਦੁਆਰੇ ਸੁਸ਼ੋਭਿਤ ਨੇ, ਕੋਈ ਬਨਾਈ ਕਥਾ ਨਹੀਂ ਸੁਣਾ ਸਕਦਾ। ਹਾਂ, ਇਹ ਬਖਤੇ ਨੂੰ ਅਧਿਕਾਰ ਹੈ ਕਿ ਗੁਰੂ ਦੀ ਵਡਿਆਈ 'ਚ ਦੋ ਚਾਰ ਸ਼ਬਦ ਵੱਧ ਵਰਤ ਸਕਦਾ, ਆਪਣੀ ਵਾਸਤੇ ਨਹੀਂ, ਪਰ ਕੋਲੋਂ ਨਹੀਂ ਬਣਾ ਸਕਦਾ। ਕੋਈ ਕਥਾ ਸੁਣਗੇ ਉਹਦਾ ਇਤਿਹਾਸਿਕ ਸਥਾਨ, ਇਹ ਕਥਾ ਕਿੱਥੋਂ ਦੀ ਹੈ,
ਇਤਿਹਾਸ ਨਹੀਂ ਸੀ ਹੈ। ਅੱਜ ਵੀ ਨਾਨਕ ਮਤੇ ਪਿੱਪਲ ਹਰਾ, ਹਰਾ ਕੀਤਾ ਸੀ ਨਹੀਂ ਅੱਜ ਵੀ ਹੈ। ਅੱਜ ਵੀ ਬੇਰ ਸਾਹਿਬ ਗੁਰਦੁਆਰਾ ਦੱਸਦਾ ਹੈ ਕਿ ਇੱਥੇ ਮਾਰਨੇ ਚੁੱਭਾ ਮਾਰਿਆ। ਸੁਆਓ ਆ ਕੇ ਮਹਾਰਾਜ ਕਬਰਸਥਾਨ 'ਚ ਬੈਠ ਕੇ ਕਹਿੰਦੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਦੌਲਤ ਖਾਂ ਭਾਵੇਂ ਮਨੋਮਈ ਸ਼ਰਧਾਲੂ ਹੋ ਚੁੱਕਾ ਸੀ, ਪਰ ਕਾਜੀ ਮਲਾਨਿਆਂ ਦੇ ਕਹਿਣ 'ਤੇ ਬੁਲਾਇਆ ਮਾਰਨ ਕਿ ਤੁਹਾਨੂੰ ਦੌਲਤ ਖਾਂ ਨਵਾਬ ਨੇ ਬੁਲਾਇਆ। ਕਿਹੜਾ ਦੌਲਤ ਖਾਂ ਨਵਾਬ? ਜਦੋਂ ਅਸੀਂ ਉਹਦੇ ਨੌਕਰ ਸੀ, ਇੱਕ ਵਾਰੀ ਬੁਲਾਉਣ 'ਤੇ ਹਜ਼ਾਰਾਂ ਵਾਰੀ ਜਾਣ ਨੂੰ ਤਿਆਰ ਸੀ। ਹੁਣ ਅਸੀਂ ਉਸ ਨਵਾਬ ਦੇ ਨੌਕਰ ਹਾਂ ਜਿਹਨੇ ਇਹੋ ਜਿਹੇ ਲੱਖਾਂ ਨਵਾਬ ਬਣਾਏ, ਲੱਖਾਂ ਖਪਾਏ। ਜੇ ਉਹਨੂੰ ਕੋਈ ਲੋੜ ਹੈ ਆਪ ਚੱਲ ਕੇ ਆਵੇ। ਦੌਲਤ ਖਾਂ ਕਾਜੀ ਮਲਾਣਿਆਂ ਸਮੇਤ ਆ ਗਿਆ। ਕਾਜੀ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਮਹਾਰਾਜ ਕਹਿੰਦੇ ਹਾਂ, ਉਹ ਪਰਮਾਤਮਾ ਦੇ ਘਰ ਵਿੱਚ ਸਭ ਇੱਕੋ ਹੀ ਹੈ, ਹਿੰਦੂ ਵੀ ਇੱਕ ਨੇ ਮੁਸਲਮਾਨ ਵੀ। ਜੀ ਹਾਂ, ਉਹਨੇ ਕੋਈ ਮੁਸਲਮਾਨ ਨਹੀਂ ਬਣਾ ਕੇ ਭੇਜਿਆ, ਕੋਈ ਹਿੰਦੂ ਬਣਾ ਕੇ ਨਹੀਂ ਭੇਜਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਸ਼ਾਂ ਨੂੰ ਪੁੱਛਿਆ, ਧਰਮ ਕਿਹੜਾ ਚੰਗਾ ਹੈ? ਹਿੰਦੂ ਧਰਮ ਚੰਗਾ, ਈਸਾਈ ਧਰਮ ਚੰਗਾ, ਇਸਲਾਮ ਧਰਮ ਚੰਗਾ, ਸਿੱਖ ਧਰਮ ਚੰਗਾ? ਮਹਾਂਪੁਰਸ਼ ਕਹਿੰਦੇ ਸਾਰੇ ਹੀ ਧਰਮ ਚੰਗੇ ਨੇ। ਜਿਹੜੇ ਲੋਕ ਆਪਣੇ ਧਰਮ ਦੇ ਅਸੂਲਾਂ 'ਤੇ ਨਹੀਂ ਚੱਲਦੇ ਉਹ ਲੋਕ ਮਾੜੇ ਨੇ। ਪਰ ਮਹਾਰਾਜ ਫਿਰ ਕੋਈ ਤੁਹਾਡਾ ਆਪਣਾ ਵਿਚਾਰ। ਮਹਾਂਪੁਰਸ਼ ਕਹਿੰਦੇ ਫਿਰ ਜਿਹੜਾ ਕਾਲ ਪੁਰਖ ਨੇ ਬਣਾ ਕੇ ਭੇਜਿਆ ਉਹ ਧਰਮ ਚੰਗਾ, ਬਾਕੀ ਇੱਥੇ ਬਣਾਏ ਜਾਂਦੇ ਨੇ। ਕਹਿੰਦੇ ਜੀ ਕਿਵੇਂ? ਚਾਰ ਬੱਚੇ ਕਮਰੇ 'ਚ ਰੱਖੋ, ਛੋਟੇ ਛੋਟੇ, ਸਿੱਖ ਦਾ, ਹਿੰਦੂ ਦਾ, ਮੁਸਲਮਾਨ ਦਾ, ਈਸਾਈ ਦਾ। ਉਹਨਾਂ ਨੂੰ ਕੋਈ ਸਿੱਖਿਆ ਨਾ ਦਿਓ, ਖੁਰਾਕ ਦੇਈ ਜਾਓ। ਜੋ ਵੱਡੇ ਬਣ ਕੇ ਨਿਕਲਣਗੇ, ਕਹਿੰਦਾ ਜੀ ਉਹ ਤਾਂ ਸਰਦਾਰ ਹੀ ਹੋਣਗੇ ਸਾਰੇ। ਇਹ ਬਣਾਇਆ ਹੋਇਆ ਨਹੀਂ, ਇਹ ਤਾਂ ਬਣਿਆ ਬਣਾਇਆ ਅਕਾਲ ਪੁਰਖ ਵੱਲੋਂ ਆਇਆ। ਅਕਾਲ ਪੁਰਖ ਨੇ ਆਪਣਾ ਸਰੂਪ ਸਾਬਤ ਸੂਰਤ ਦਸਤਾਰ ਸਿਰਾ, ਆਪਣਾ ਸਰੂਪ ਦੇ ਕੇ ਭੇਜਿਆ ਅਕਾਲ ਪੁਰਖ ਨੇ। ਅਸੀਂ ਉਹਦੇ ਪੁੱਤਰ ਹਾਂ। ਠੀਕ ਹੈ, ਸਾਨੂੰ ਪਰਮਾਤਮਾ ਵਾਲਾ ਸਰੂਪ ਚੰਗਾ ਨਹੀਂ ਲੱਗਦਾ, ਆਪਣਾ ਬਣਾਇਆ ਚੰਗਾ ਲੱਗਦਾ। ਸਿਆਣਾ ਕੌਣ ਹੁੰਦਾ? ਰੱਬ ਸਿਆਣਾ ਕਿ ਤੁਸੀਂ ਸਿਆਣੇ ਹੋ? ਇਸ ਕਰਕੇ ਅਕਾਲ ਪੁਰਖ ਦਾ ਬਣਾਇਆ ਹੋਇਆ ਜੱਟਾ ਜੂਠ ਸਾਬਤ ਸੂਰਤ ਵਿੱਚ ਦਖਲਬਾਜ਼ੀ ਨਹੀਂ ਹੈ। ਜਿਵੇਂ ਤੂੰ ਬਣਾਇਆ ਸਾਨੂੰ ਪ੍ਰਵਾਨ ਹੈ। ਮਹਾਰਾਜ ਕਹਿੰਦੇ ਸਾਰੇ ਧਰਮ ਚੰਗੇ ਹੈ, ਅਕਾਲ ਪੁਰਖ ਦੇ ਬਣਾਏ ਹੋਏ। ਸਵਾਲ ਜਵਾਬ ਉੱਤਰ ਪ੍ਰਸ਼ਨ ਕਰਦਾ ਰਿਹਾ। ਗੁਰੂ ਮਹਾਰਾਜ ਦਾ ਸਹੁਰਾ ਮੂਲ ਚੰਦ ਪੱਖੋ ਕੇ ਰੰਧਾਵੇ ਬਟਾਲਾ ਸਾਹਿਬ ਕੰਧ ਸਾਹਿਬ ਗੁਰਦੁਆਰਾ ਸ਼ਸ਼ੋਭ, ਇੱਕ ਸਿਆਮੇ ਪੰਡਿਤ ਨੂੰ ਨਾਲ ਲੈ ਕੇ ਆ ਗਿਆ। ਪਹਿਲਾਂ ਤਾਂ ਉੱਚਾ ਨੀਵਾਂ ਬੋਲਿਆ, ਮੂਲ ਚੰਦ ਵਿਆਹ ਕਾਤੋਂ ਕਰਾਉਣਾ ਸੀ, ਦੋ ਪੁੱਤਰ ਦਿੱਤੇ ਪਰਮਾਤਮਾ ਨੇ ਸ੍ਰੀ ਚੰਦ ਲਕਮੀ ਦਾਸ, ਬੰਦਗੀ ਘਰ ਰਹਿ ਕੇ ਵੀ ਹੋ ਸਕਦੀ ਹੈ, ਆ ਫਕੀਰੀ ਬਾਣਾ ਪਾ ਕੇ ਕਬਰਸਥਾਨ 'ਚ ਬੈਠੇ।
ਫਿਰ ਮੂਲ ਚਾ ਸਿਆਮਾ ਪੰਡਿਤ ਲੱਗ ਪਿਆ ਮਰਦੇ ਦੁਆਲੇ ਗੇੜੇ ਕੱਢਣ, ਫੂਕਾਂ ਜੀਆਂ ਮਾਰਨ। ਮਹਾਰਾਜ ਕਹਿੰਦੇ ਪੰਡਿਤ ਜੀ ਕੀ ਦੇਖਦਾ ਹੈ? ਕਹਿੰਦਾ ਜੀ ਮੈਂ ਦੇਖਦਾ ਤੁਹਾਨੂੰ ਕੋਈ ਬਾਹਰਲੀ ਸਾਇਆ ਨਾ ਹੋਈ ਹੋਵੇ। ਅੱਜ ਕੱਲ੍ਹ ਇਹ ਵੀ ਬੜੀ ਹੁੰਦੀ ਹੈ, ਜਿਹੜਾ ਸਭ ਤੋਂ ਪਿੰਡ ਦਾ ਨਲਾਇਕ ਬੰਦਾ ਹੋਵੇ ਇਸ ਕੰਮ 'ਤੇ ਲੱਗਿਆ ਹੁੰਦਾ ਹੋਵੇ। ਉਦੋਂ ਸਿਆਣੇ ਅਸੀਂ ਹਾਂ ਜਿਹੜੇ ਉੱਥੇ ਜਾ ਕੇ ਬੈਠੇ ਹੁੰਦੇ, ਅਤੇ ਗੁਰੂ ਮਹਾਰਾਜ ਕਹਿੰਦੇ ਪੰਡਿਤ ਜੀ ਅਸੀਂ ਤੈਨੂੰ ਦੱਸਦੇ ਹਾਂ ਕਿਹੜੀ ਸਾਇਆ ਕਿਹੜਾ ਭੂਤ ਸਭ ਨੂੰ ਚਿੰਬੜਿਆ ਹੋਇਆ। ਗਿਰੀ ਬਨਾ ਸੱਚੇ ਪਾਤਸ਼ਾਹ ਬਾਣੀ ਦਾ ਸ਼ਬਦ ਉਚਾਰ ਕੇ ਆਪਾਂ ਨੂੰ ਸਮਝਾਉਂਦੇ ਨੇ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ, ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਰਾਜਾ ਬਾਲਕ ਨਗਰੀ ਦੁਸ਼ਟਾਂ ਨਾਲ ਪਿਆਰੋ, ਬਾਲਕ ਨਗਰੀ ਕਾਚੀ। ਇਹ ਸਰੀਰ ਰੂਪੀ ਨਗਰੀ ਦਾ ਰਾਜਾ ਹੈ ਮਨ, ਇਹ ਅਗਿਆਨਤਾ ਰੂਪੀ ਬੱਚਾ ਹੈ ਜਿਹਦਾ ਇਹਦੇ ਵਿੱਚ ਹੁਕਮ ਚੱਲ ਰਿਹਾ ਰਾਜਾ ਬਾਲਕ ਨਗਰੀ ਕਾਚੀ। ਬੱਚੇ ਨੇ ਆਪਣੇ ਦੁਸ਼ਟਾਂ ਨਾਲ ਪਿਆਰ ਪਾ ਰਿਹਾ, ਪਾਉਣਾ ਸੀ ਮਿੱਤਰਾਂ ਨਾਲ। ਸਤ ਸੰਤੋਖ ਖਿਮਾ ਧੀਰਜ ਸ਼ਾਂਤੀ ਪਰ ਉਪਕਾਰ ਦੈਵੀ ਗੁਣਾਂ ਨਾਲ ਪਿਆਰ ਪਾਉਣਾ ਸੀ ਜਿਹਨੇ ਇਹਨੂੰ ਸੁੱਖ ਦੇਣਾ ਸੀ, ਪਰ ਇਹਨੇ ਪਿਆਰ ਪਾ ਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਦਿਆ ਸਮਤਾ ਭਿੰਨ ਵੇਸ ਰਾਗ ਦਵੈਸ਼ ਈਰਖਾ। ਇਹਨਾਂ ਦਾ ਕੰਮ ਤਾਂ ਦੁੱਖ ਦੇਣਾ ਸੀ, ਦੁਸ਼ਟਾਂ ਨਾਲ ਪਿਆਰ। ਦੋਏ ਮਾਈ ਮਾਇਆ ਤੇ ਵਿਦਿਆ, ਜੀਵ ਤੇ ਬ੍ਰਹਮ ਦੋ ਪਿਤਾ ਇਹਦੇ, ਦੋਏ ਮਾਈ ਦੋਏ ਬਾਪਾ ਪੜ੍ਹੀਏ ਪੰਡਿਤ ਕਰੋ ਵਿਚਾਰੋ। ਸਵਾਮੀ ਪੰਡਤਾ ਤੁਮ ਦੇਹੋ ਮਤੀ, ਸਿਆਣ ਪਹੀ ਤਾਂ ਦੱਸ ਕਿਤ ਵਿਦ ਪਾਈਐ। ਸਵਾਮੀ ਪੰਡਤਾ ਤੁਮ ਦੇਹੋ ਮਤੀ, ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ ਪੰਡਿਤ ਜੀ ਉਹ ਦੱਸੋ ਮਤ। ਉਹ ਤਾਂ ਚਲਾ ਗਿਆ ਮੱਥਾ ਟੇਕ ਕੇ,
ਆਪਣਾ ਇਲਾਜ ਕਰਾ ਕੇ। ਕਾਜੀ ਕਹਿੰਦਾ ਜੇ ਤੁਹਾਡੀ ਨਿਗਾਹ 'ਚ ਇੱਕੋ ਹੀ ਨਹੀਂ, ਚਲੋ ਮਸੀਹ 'ਚ ਨਮਾਜ਼ ਪੜ੍ਹੋ ਸਾਡੇ ਨਾਲ। ਮਹਾਰਾਜ ਕਹਿੰਦੇ ਚਲੋ। ਹੁਣ ਕਾਜੀ ਅਤੇ ਨਵਾਬ ਨਮਾਜ਼ ਪੜ੍ਹਦੇ ਨੇ, ਕਦੇ ਧਰਤੀ 'ਤੇ ਮੱਥਾ ਟੇਕਦੇ ਨੇ, ਕਦੇ ਗੋਡਿਆਂ 'ਤੇ ਹੱਥ ਰੱਖ ਲੈਂਦੇ ਨੇ, ਕਦੇ ਖੜ੍ਹੇ ਹੋ ਜਾਂਦੇ ਨੇ। ਆਪੋ ਆਪਣੇ ਧਰਮ ਦੀ ਮਰਿਆਦਾ ਹੁੰਦੀ ਹੈ। ਮਹਾਰਾਜ ਖੜ੍ਹੇ ਦੇਖਦੇ ਰਹੇ ਅਤੇ ਮੁਸਕਰਾਉਂਦੇ ਰਹੇ। ਨਵਾਬ ਥੋੜ੍ਹਾ ਜਿਹਾ ਤੈਸ਼ ਵਿੱਚ ਆ ਕੇ ਕਹਿੰਦਾ ਜੀ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਨਾ ਪੜ੍ਹਦੇ। ਨਵਾਬ ਕਹਿੰਦਾ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਨਵਾਬ ਜੀ ਤੂੰ ਐਕਟਿੰਗ ਤਾਂ ਕਰ ਰਿਹਾ ਸੀ ਨਮਾਜ਼ ਵਾਲੀ ਮਸੀਤ ਵਿੱਚ, ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸ, ਤੇਰਾ ਮਨ ਤਾਂ ਕਾਬਲ ਵਿੱਚ ਘੋੜਿਆਂ ਦੀ ਦਲਾਲੀ ਕਰ ਰਿਹਾ ਸੀ, ਖੁਦਾ ਦੀ ਨਮਾਜ਼ ਪੜ੍ਹ ਰਿਹਾ ਸੀ ਕਿ ਘੋੜਿਆਂ ਦੀ ਦਲਾਲੀ ਕਰ ਰਿਹਾ ਸੀ। ਚੁੱਪ ਕਰ ਗਿਆ ਦੌਲਤ ਖਾਂ। ਕਾਜੀ ਬੋਲ ਪਿਆ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਗੱਲਾਂ ਤਾਂ ਤੂੰ ਘਨੇਰੀਆਂ ਕਰਨਾ, ਪਰ ਕਾਜੀ ਜੀ ਨਮਾਜ਼ ਤੂੰ ਵੀ ਖੁਦਾ ਦੀ ਨਹੀਂ ਸੀ ਪੜ੍ਹ ਰਿਹਾ। ਤੇਰੇ ਘਰ ਘੋੜੀ ਸੋਈ ਹੈ, ਛੋਟਾ ਜਿਹਾ ਵਛੇਰਾ ਹੈ, ਮਗਰ ਬੜਾ ਵੱਡਾ ਟੋਇਆ। ਉਹ ਇੱਥੇ ਐਕਟਿੰਗ ਤੂੰ ਨਮਾਜ਼ ਦੀ ਕਰਦਾ ਸੀ ਪਿਆ, ਅਤੇ ਤੇਰਾ ਮਨ ਘੋੜੀ ਦੇ ਵਛੇਰੇ ਮਗਰ ਭੱਜਿਆ ਫਿਰਦਾ ਕਿ ਖੱਡੇ ਡਿੱਗ ਕੇ ਮਰ ਨਾ ਜਾਏ। ਇਹ ਖੁਦਾ ਦੀ ਨਮਾਜ਼ ਪੜ੍ਹਦਾ। ਜੇ ਰੱਬ ਦੀ ਸਿਫਤ ਸਲਾਹ ਕਰਨੀ ਹੈ ਤਾਂ ਮਨ ਦੀ ਇਕਾਗਰਤਾ, ਪਰ ਕਰਦਿਆਂ ਕਰਦਿਆਂ ਜਿਹੜੇ ਲੱਗੇ ਰਹਿਣਗੇ ਗੁਰਮੁਖ ਮਾਈ ਭਾਈ ਸ਼ੌਂਕ ਨਾਲ, ਜਿਹਦਾ ਨਾਮ ਹੈ ਨਿੱਤ ਨੇਮ, ਨੇਮ ਨਾਲ ਨਿੱਤ ਕਰਨਾ। ਰੋਟੀ ਰਹਿ ਜਾਏ, ਕੰਮ ਕਰ ਰਹਿ ਜਾਏ, ਪਰ ਅਸੀਂ ਪਰਮਾਤਮਾ ਦੇ ਨਾਮ ਨੂੰ ਵਾਧੂ ਸਮਝਿਆ ਹੋਇਆ। ਜਿਹੜੀ ਤੁਹਾਡੇ ਘਰ 'ਚ ਵਾਧੂ ਚੀਜ਼ ਹੈ ਤੁਸੀਂ ਇੱਕ ਪਾਸੇ ਰੱਖੀ ਹੋਈ ਹੈ, ਕੋਈ ਉਹਦੀ ਕਦਰ ਨਹੀਂ ਹੈ। ਅੱਜ ਗੁਰੂ ਘਰ ਨਹੀਂ ਆਇਆ, ਕੰਮ ਪੈ ਗਿਆ ਸੀ ਕੋਈ ਜ਼ਰੂਰੀ, ਇਹਦਾ ਮਤਲਬ ਗੁਰਦੁਆਰੇ ਵਿਹਲੇ ਜਾਣਾ ਬੰਦਿਆਂ ਦਾ ਕੰਮ ਹੈ। ਜਿਹਨਾਂ ਨੂੰ ਕੰਮ ਹੋਵੇ ਉਹ ਨਾ ਆਇਆ ਕਰੋ, ਇਹ ਤਾਂ ਫਿਰ ਵਾਧੂ ਕੰਮ ਹੈ ਨਾ ਬਈ ਗੁਰਦੁਆਰੇ ਆਉਣਾ। ਅੱਜ ਨਿਤਨੇਮ ਨਹੀਂ ਹੋਇਆ, ਕੰਮ ਪੈ ਗਿਆ। ਕੰਮ ਜ਼ਰੂਰੀ ਸੀ ਅਤੇ ਨਿਤਨੇਮ ਜ਼ਰੂਰੀ ਨਹੀਂ ਸੀ ਤਾਂ ਰਹਿ ਗਿਆ, ਅਤੇ ਤੇਰਾ ਮਨ ਕਿੱਥੋਂ ਜੁੜ ਜਾਣਾ? ਤੂੰ ਤਾਂ ਜ਼ਰੂਰੀ ਬਣਾਇਆ ਹੀ ਨਹੀਂ, ਤੈਨੂੰ ਤਾਂ ਜੇ ਲੋੜ ਨਹੀਂ ਪਈ ਇਹਦੀ ਜੀਵਨ 'ਚ। ਜਦੋਂ ਇਹ ਮੰਨ ਲਏਗਾ ਕੰਮ ਝੂਠੇ ਨੇ ਰਹਿ ਜਾਣਗੇ, ਪ੍ਰਸ਼ਾਦਾ ਪਾਣੀ ਰਹਿ ਸਕਦਾ, ਪਰ ਨਿਤਨੇਮ ਨਹੀਂ ਰਹਿ ਸਕਦਾ। ਲੱਗੇ ਕਿਉਂ ਨਹੀਂ, ਤਾਂ ਛੱਡ ਕੇ ਜਾਣਾ ਹੀ ਨਹੀਂ। ਪਰ ਸੁਖੀ ਕੌਣ ਨਹੀਂ ਹੋਣਾ ਚਾਹੁੰਦਾ? ਇਹ ਮਨ ਤਾਂ ਸੁਖੀ ਹੋਣਾ ਚਾਹੁੰਦਾ, ਪਰ ਅਸੀਂ ਇਹਨੂੰ ਹੋਣ ਹੀ ਨਹੀਂ ਦਿੰਦੇ। ਸਾਹਸੰਗ ਜ਼ਰੂਰੀ ਬਣਾਓ, ਜੇ ਸਵੇਰੇ ਰਹਿ ਜੇ ਦੁਪਹਿਰੇ ਕਰ ਲਓ, ਦੁਪਹਿਰੇ ਰਹਿ ਜੇ ਸ਼ਾਮ ਨੂੰ ਕਰ ਲਓ, ਜੇ ਸ਼ਾਮ ਨੂੰ ਰਹਿ ਗਿਆ ਰਾਤ ਨੂੰ ਸੌਂ ਕੇ ਕਰਨਾ, ਦੂਜੇ ਦਿਨ ਮਨ ਆਪ ਹੀ ਕਰ ਲੈਗਾ। ਸਵੇਰੇ ਕਰ ਲੈ, ਰਾਤ ਨੂੰ ਬਿਠਾਈ ਰੱਖਿਆ ਅੱਧੀ ਰਾਤ, ਆਪਣੇ ਆਪ ਹੀ ਕਹਿ ਰਹੇ ਹੁਣ ਹੀ ਕਰ ਲੈ, ਰਾਤ ਨੂੰ ਨਹੀਂ ਸੌਣ ਦਿੱਤਾ। ਇਸ ਕਰਕੇ ਸ਼ਰਧਾ, ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ, ਫਿਰ ਇਹਨੂੰ ਪੂਰਾ ਪੂਰਾ ਲਾਭ ਹੁੰਦਾ। ਹੱਥ 'ਤੇ ਰੱਖਿਆ ਮਿਸ਼ਰੀ ਜ਼ਬਾਨ ਮਿੱਠੀ ਨਹੀਂ ਹੁੰਦੀ। ਖਾਂਡ ਖਾਂਡ ਕਹੇ ਜੇਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ ਹੈ। ਇਸ ਕਰਕੇ ਭਾਈ ਜਿਹੜੇ ਗੁਰਮੁਖ ਮਾਈ ਭਾਈ ਸ਼ੌਂਕ ਨਾਲ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਪਹਿਲਾਂ ਤਾਂ ਉਹਨਾਂ 'ਤੇ ਕਿਰਪਾ ਉਹੀ ਕਰਦੇ ਨੇ, ਫਿਰ ਕਰਦਿਆਂ ਕਰਦਿਆਂ ਵਿਸ਼ੇਸ਼ ਕਿਰਪਾ ਹੋ ਜਾਏਗੀ, ਜਦੋਂ ਮਨ ਸ਼ਬਦ ਰੂਪ ਹੋ ਜਾਏਗਾ। ਲੋੜ ਹੈ
ਲੱਗੇ ਰਹਿਣ ਦੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਆਈਆਂ ਸੰਗਤਾਂ ਦਾ ਧੰਨਵਾਦ, ਆਏ ਸਾਰੇ ਮਹਾਂਪੁਰਸ਼ਾਂ ਗੁਰਮੁਖਾਂ ਦਾ ਤਹਿ ਦਿਲੋਂ ਧੰਨਵਾਦ, ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਹਦੀ ਛਤਰ ਛਾਇਆ ਹੇਠ ਆਪਾਂ 3 ਦਿਨ ਬੈਕੁੰਠ ਦੀਆਂ ਘੜੀਆਂ ਦਾ ਆਨੰਦ ਮਾਣਿਆ ਹੈ। ਸੋ ਆਓ ਬਾਬਾ ਲਸ਼ਕਰ ਸਿੰਘ ਜੀ ਅਸਕਰ ਇਸ ਇਲਾਕੇ ਦੇ ਵਿੱਚ ਵਿਚਰ ਕੇ ਕਥਾ ਕੀਰਤਨ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿੰਦੇ ਹਨ, ਜਿਹੜੇ ਇਸ ਸਥਾਨ 'ਤੇ ਤਨ ਦੇਹੀ ਨਾਲ ਆਪਣੇ ਘਰ ਵਾਸਤੇ ਤਾਂ ਸਾਰੀ ਦੁਨੀਆ ਠੱਗੀਆਂ ਮਾਰ ਮਾਰ ਕੇ ਵੀ ਕਰਦੀ ਹੈ, ਪਰ ਗੁਰੂ ਦੇ ਘਰ ਵਾਸਤੇ ਕਰਨਾ ਇਹ ਗੁਰੂ ਕਿਰਪਾ ਹੀ ਕਰੇ, ਜਿਨ੍ਹਾਂ ਗੁਰਮੁਖਾਂ ਨੂੰ ਬਖਸ਼ਿਸ਼ ਹੋਵੇ ਉਹੀ ਕਰ ਸਕਦੇ ਆ। ਸੋ ਇਹਨਾਂ ਨੂੰ ਗੁਰੂ ਮਹਾਰਾਜ ਦੇ ਯੋਗਤਾ ਬਖਸ਼ਣ, ਤੰਦਰੁਸਤੀਆਂ ਬਖਸ਼ਣ, ਤਾਂ ਕਿ ਗੁਰੂ ਘਰ ਦੀ ਗੁਰੂ ਕੀਆਂ ਸੰਗਤਾਂ ਦੀ ਸੇਵਾ, ਸੰਗਤਾਂ ਦਿਨ ਰਾਤ ਇਹੋ ਜਿਹੇ ਗੁਰਮੁਖਾਂ ਦਾ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ, ਜਿਹੜੇ ਸੰਗਤਾਂ ਦੀ ਸੇਵਾ ਵਾਸਤੇ, ਗੁਰੂ ਘਰ ਦੀ ਸੇਵਾ ਵਾਸਤੇ ਸਦਾ ਹੀ ਤਤਪਰ ਰਹਿੰਦੇ ਆ। ਕੱਲ੍ਹ ਤੋਂ ਜੁਰਕਾ ਨਗਰ ਹੈ ਕਾਂਸ਼ੀਪੁਰ ਦੇ ਨੇੜੇ, ਉੱਥੇ ਵੀ ਟਾਈਮ ਇਹੀ ਹੈ 6 ਤੋਂ 9। ਸੋ ਇਹ ਵੀ ਅਰਦਾਸ ਕਰੀ, ਵੈਸੇ ਤਾਂ ਰੋਜ਼ ਅਰਦਾਸ ਹੁੰਦੀ ਹੈ ਗੁਰੂ ਦੇ ਚਰਨਾਂ ਵਿੱਚ, ਜਿੱਥੇ ਵੀ ਗੁਰਸਿੱਖ ਅਰਦਾਸ ਕਰਦਾ ਸਰਬੱਤ ਦਾ ਭਲਾ ਮੰਗਦਾ, ਸਭੇ ਜੀ ਸਮਾਲ ਆਪਣੀ ਮਿਹਰ ਕਰ, ਐ ਕਾਲ ਪੁਰਖ ਬਹੁੜੀ ਕਰੋ, ਜੋ ਸੰਸਾਰ ਤੇ ਦੁਖਾਂਤ ਵਾਪਰਿਆ ਹੋਇਆ ਨੂੰ ਦੂਰ ਕਰੋ, ਸੁੱਖ ਸ਼ਾਂਤੀ ਬਖਸ਼ੋ, ਚੜ੍ਹਦੀ ਕਲਾ ਬਖਸ਼ੋ, ਹੋਈਆਂ ਭੁੱਲਾਂ ਦੀ ਖਿਮਾ। ਨਮਸਾ ਦਾ ਪਾਠ ਉਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਦੇਗ ਵਰਤਣ ਤੋਂ ਬਾਅਦ ਉਹਨਾਂ ਚਿਰ ਆਏ ਗੁਰਮੁਖਾਂ ਦਾ ਸਨਮਾਨ ਪਹਿਰ ਸਿਰ ਪਾਓ, ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰਾ, ਉਹਨਾਂ ਦਾ ਸਨਮਾਨ ਕਰਨਾ ਗੁਰਮੁਖਾਂ ਦਾ ਗੁਰੂ ਘਰ ਦੀ ਮਰਿਆਦਾ ਹੈ, ਜਿਨ੍ਹਾਂ ਨੇ ਸੇਵਾ ਕੀਤੀ ਹੈ ਦੇਗ ਵਰਤਦਾ ਤੱਕ ਸੱਚੇ ਪਾਤਸ਼ਾਹ ਦੇ ਸੁਖਾਸਨਾਂ ਦੀ ਸੇਵਾ ਹੋ ਜਾਏਗੀ, ਫਿਰ ਸੰਗਤਾਂ ਨੇ ਲੰਗਰ ਛਕ ਕੇ ਜਾਣਾ ਹੈ। ਹੁਣ ਆਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਲਾਓ। ਰਾਮ ਕਲੀ ਮਹੱਲਾ ਤੀਜਾ, ਨਾ ਦੇਖੋ ਅਹੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ, ਹਰ ਨਾਲ ਰੁੱਤ ਮਨ ਮੇਰੇ ਦੁੱਖ ਸਭ ਸਾਲਨਾ, ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਦਾ ਸਿਰਫ ਸਲਾਹਾਂ ਤੇਰੀ ਨਾ ਮਨ ਵਸਾਵੇ, ਮਨ ਵਸਿਆ ਵਾਜੇ
ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਪੰਚ ਜੋਤ ਤੁਜਵਸ ਕੀਤੇ ਕਾਲ ਕੰਟਕ ਮਾਰਿਆ, ਪਾਕੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਉਤਰੇ ਸੰਤ ਸਾਜਨ ਪਏ ਸਰਦੇ, ਪੂਰੇ ਗੁਰਦੇ ਜਾਣੀ ਮਾਤਾ ਧਰਤ ਮਹੱਤ, ਕਰਮੀ ਆਪੋ ਆਪਣੀ ਇਹ ਨੇੜੇ ਕੇ ਦੂਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।